ਕੰਟੈਂਟ ਵੀ ਆਪੇ ਸੋਚੋ, ਵਲੌਗ ਵੀ ਆਪੇ ਬਣਾਓ, ਐਡਿਟ ਵੀ ਆਪੇ ਕਰੋ, ਉੱਤੋਂ ਇਹਨਾਂ ਦਾ ਵੀ ਐਡਿਟ ਕਰ, ਇਹਨਾਂ ਦਾ ਵੀ ਬਣਾਓ ਯਾਰ, ਕੀ ਕਰੀਏ। ਡਿਲੀਟ ਤੇ ਆਪਾਂ ਨਾ ਹੁਣ ਗੱਲ ਕਰਦੇ ਪਏ ਸੀ ਇੱਥੇ, ਇਸ ਤੋਂ ਬਾਅਦ ਤੁਹਾਨੂੰ ਮਤਲਬ ਦਿਨ ਦੀ ਰੂਟੀਨ ਮਿਲੇਗੀ, ਦਿਨੇ ਕੀ ਹੁੰਦਾ ਪਿਆ ਸਾਡੇ ਘਰ ਚ। ਸੋ ਹੁਣੇ ਆਪਾਂ ਗੱਲ ਕਰਦੇ ਪਏ ਸੀ, ਮੈਂ ਕਿਹਾ ਮੰਮੀ ਆਪਾਂ, ਮੈਂ ਭਾਜੀ ਗੱਲ ਕਰਦੇ ਪਏ ਕਿ ਮੈਂ ਭਾਜੀ ਆਪਾਂ ਨਾ ਵਲੌਗ ਕਹਿਣਾ ਕਿਆ ਚਾਹਤੇ ਹੋ, ਆਪਾਂ ਦੋਨਾਂ ਨੀ ਬਣਾਉਣੇ, ਇੰਨਾ ਤੋਂ ਆਪਾਂ ਕੋਈ ਉਮੀਦ ਨਹੀਂ ਰੱਖ ਸਕਦੇ। ਰਾਈਟ, ਕਿਉਂਕਿ ਇਹ ਕਹਿੰਦੇ ਕਿ ਸਾਡੀ ਨੀਂਦ ਨੀ ਪੂਰੀ ਹੁੰਦੀ, ਮੈਨੂੰ ਪਹਿਲਾਂ ਇੱਕ ਜਵਾਬ ਚਾਹੀਦਾ। ਰਾਈਟ, ਕਿ ਕਾਕੇ ਨੂੰ ਕੌਣ ਸਾਂਭਦਾ? ਚਾਰੋ ਜਣੀਆਂ ਇਕੱਠੀ, ਇੱਕ ਇੱਥੇ, ਇੱਕ ਇੱਥੇ, ਇੱਕ ਕਾਕਾ ਵਿੱਚ, ਕਾਕਾ ਵਿੱਚ। ਉਸ ਤੋਂ ਬਾਅਦ ਚਲੋ, ਅੱਛਾ ਭਾਈ, ਜਨਾਨੀਆਂ ਵਿੱਚੋਂ ਤਿੰਨ ਵਿੱਚੋਂ ਸਮਝ ਲਓ ਦੋ ਸਾਂਭਦੀਆਂ, ਦੋ ਸਾਂਭਦੀ, ਦੋ ਜਨਾਨੀਆਂ ਸਾਂਭਦੀਆਂ ਤੇ ਦੋ ਜਨਾਨੀਆਂ ਕਾਹਤੋਂ 12 ਤੋਂ ਸੁੱਤੀ ਰਹਿੰਦੀਆਂ। ਰਾਈਟ, ਮੰਮੀ ਵੀ ਕੁਝ ਨਹੀਂ, ਆ ਦਿਨੇ ਉੱਤਰ ਵਲੌਗ ਬਣਾਣਾ। ਬਾ ਇੱਕ 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 ਆਪਣਾ ਆ ਗਿਆ ਨਾ, ਗੱਲ ਕੱਢ ਲਈ ਨਾ, ਅਗਲਾ ਫਿਰ ਇੱਕ ਜਨਾਨੀ ਕਾਹਤੋਂ ਸੁੱਤੀ ਰਹਿੰਦੀ ਆ, ਯਾਦ ਵੀ। ਠੀਕ ਹੈ ਠੀਕ ਹੈ ਠੀਕ ਹੈ, ਆਪਰੇਸ਼ਨ ਹੋਇਆ ਬ੍ਰੋ। ਫਿਰ ਇੱਕ ਕਾਕਾ ਕਿਹਦੇ ਕੋ ਸੁਣਦਾ, ਦੀਦੀ ਕੋ, ਮੰਮੀ ਕੋ, ਇਹਦੇ ਕੋ ਵੀ, ਮੇਰੇ ਕੋ ਵੀ, ਤੇ ਦੀਦੀ ਕੋ ਵੀ। ਆ ਠੀਕ ਹੈ ਵੀ, ਉਹ ਤਿੰਨਾਂ ਕੋ, ਉਹ ਤਿੰਨਾਂ ਕੋ ਸੁਣਦਾ ਕਾਕਾ। ਠੀਕ ਹੈ, ਕਾਕਾ ਹੈਗਾ ਤਿੰਨ ਪ੍ਰਕਾਰ ਦਾ। ਠੀਕ ਹੈ ਯਾਰ, ਐਦਾਂ ਕਰੋ, ਇੱਕ ਦਿਨ ਮੈਂ ਤੇ ਭਾਜੀ ਉੱਤੇ ਡੋਲਰ ਕਾਕੇ ਨੂੰ ਸਾਂਭ ਲੈਂਦੇ ਆ, ਤੁਸੀਂ ਉੱਠ ਕੇ ਸਾਡੀ ਜ਼ਿੰਦਗੀ ਜੀਓ। ਠੀਕ ਹੈ, ਤੁਹਾਨੂੰ ਪਤਾ ਲੱਗ ਜੇ ਪ੍ਰਮੋਸ਼ਨ ਲੈ ਗਿਆ। ਓਏ ਸੋਨਾ ਸੋਨਾ, ਉਨੋ ਫੜ ਫੋਨ, ਫੜ ਗੇਮ ਖੇਲੀਏ, ਤੇ ਸਾਨੂੰ ਵੀ ਧੱਕੇ ਮਾਰ ਕੇ ਠਾਲੋ ਸਵੇਰੇ 12 ਵਜੇ। ਉੱਠੋ, ਰੋਟੀ ਖਾਓ, ਪੱਕੀ ਪਕਾਈ ਤੁਹਾਡੇ ਅੱਗੇ ਰੱਖੋ, ਫਿਰ ਤੁਹਾਡੇ ਅੱਗੋਂ ਬਰਤਨ ਚੱਕੋ, ਫਿਰ ਤੁਹਾਡੇ ਗੰਦੇ ਕੱਪੜੇ ਧੋਵੋ। ਠੀਕ ਹੈ, ਅੱਛਾ ਬੋਲੋ ਬੋਲੋ, ਅੱਗੇ ਬੋਲੋ, ਉਹ ਵੀ ਆ ਗਿਆ। ਡੋਲਰ ਭਾਈ ਨਾਲ ਗੱਲ ਕਰਨੀ ਹੈ, ਇਹ ਕਹਿ ਰਹੇ ਹੈ, ਸੁਣੋ ਧਿਆਨ ਸੇ ਸੁਣਨਾ। ਠੀਕ ਹੈ, ਕਹਤੇ ਸੁਣੋ, ਕਹਤੇ ਤੁਮ ਲੋਗੋ ਨਕਮੇ, ਹਮ ਤੀਨੋਂ ਕੋ ਕਹਿ ਰਹੇ, ਤੀਨੋਂ ਕੋ, ਤੀਨੋਂ ਕੋ ਭਾਈ, ਡੋਲਰ ਕੋ, ਡੋਲਰ ਡੋਲਰ ਕੋ ਕਹਿ ਰਹੇ, ਡੋਲਰ ਨਕਮਾ, ਇਹਨੂੰ ਕਹਿ, ਇਹਨੂੰ ਕਹਿ, ਮੈਨੂੰ ਗੱਲ ਕਰਨ ਦੋ, ਇਹਨੂੰ ਕਹਿ ਆਪਣੀ ਮਾਂ ਦੀ ਸੋਖਾ, ਮੈਂ ਆਖਿਆ ਨਕਮੇ ਤੈਨੂੰ, ਇਹਨੂੰ ਕਹ ਸੋਖਾ, ਨਕਮੇ ਸੁੱਤੇ ਰਹਿੰਦੇ ਆ, ਹੁਣ ਸੁੱਤੇ ਨਾ ਪੈਂਦੇ, ਡੋਲਰ ਨਹੀਂ ਆ ਸੁੱਤੇ, ਤੈਨੂੰ ਰੱਖਦੇ, ਬਸ ਸੁਣੋ, ਮੈਂ ਇਹਨੂੰ ਕੋ ਬੋਲਾ, ਤੀਸਰਾ ਵੀ ਵਿੱਚ ਹੀ ਹੈ, ਤੀਸਰਾ ਆ, ਪਰ ਇਹ ਵੀ ਸ਼ਰਤ ਕਿ ਸਵੇਰ ਉੱਠਣ ਤੋਂ ਬਾਅਦ ਤਿੰਨ ਵਲੋਗ ਸਾਡੇ ਦਿਨ ਚ ਪੈਣੇ ਚਾਹੀਦੇ ਆ, ਐਡਿਟ ਹੋਣੇ ਚਾਹੀਦੇ, ਕੰਟੈਂਟ ਵਧੀਆ ਹੋਣਾ ਚਾਹੀਦਾ, ਤੁਹਾਨੂੰ ਘੱਟੋ ਘੱਟ 20,000 ਵਿਊ ਚਾਹੀਦਾ, ਜਿੱਦਾਂ ਤੁਸੀਂ ਕਹਿੰਦੇ ਨਾ, ਤੈਨੂੰ ਮੈਨੂੰ 20,000 ਵਿਊ ਚਾਹੀਦਾ ਤੇਰਾ, ਸਾਨੂੰ 20,000 ਵਿਊ ਚਾਹੀਦਾ, ਅਗਰ ਹੋ ਸਕਦਾ ਤੇ ਫਿਰ ਆਪਾਂ ਆਪਣੀ ਗਲਤੀ ਮੰਨ ਲਾਂਗੇ, ਆਪਾਂ ਨਕੰਮੇ ਆ। ਬੋਲਾ 2000 ਵੀ ਦੇ, ਹਮ ਬਾਜ਼ਾਰ ਦਾ ਖਾਣਾ ਵੀ ਖਾ ਕੇ ਆਏਂਗੇ ਮਮਾ, ਔਰ ਫਿਰ ਵਲੌਗ ਵੀ ਬਣਾ ਲੇਂਗੇ। ਅੱਬਾ ਅੱਛਾ, ਜੋ ਇਹ ਆਪਾਂ ਨਕਮ ਖਾ ਕੇ ਆਏ ਆ, ਉਹ ਵੀ ਖਾ ਕੇ ਆਏਂਗੇ। ਅੱਛਾ ਚਲੋ, ਇੱਕ ਆਪਾਂ ਡੋਲਰ ਲਾਸਟ ਨਾ, ਕਿਦੋਂ ਪਹਿਲੀ ਤੇ ਰਾਤੀ ਆਰਡਰ ਕਰਨੀ, ਲਾਸਟ ਮੈਂ ਨੋਪੇ ਗਨਾ ਦੋ, ਬਤਾ ਡਕੋ ਕਿਦੋਂ ਪਹਿਲੀ ਤੇ ਰਾਤੀ ਆਰਡਰ ਕਰਨਾ ਕੁਛ, ਇਹ ਤਾਂ ਗਨਾਓ, ਰਾਤ ਲਾਸਟ ਕਿਦੋਂ ਲਿੱਤੇ ਆਪਾਂ, ਤੁਸੀਂ ਕਿੱਥੋਂ ਲੈਂਦੇ ਫਿਰ, ਲਾਸਟ ਕਿਦੋਂ ਲਿੱਤੇ, ਮੈਂ ਮੇਰੇ ਪੇਟੀਐਮ ਚੋਂ ਗਏ ਆਪਣੇ ਪੈਸੇ। ਓਹ ਹੋ, ਹਾਂ ਇਹ ਉਹ ਕਿਹੜੇ ਪੇਟੀਐਮ ਚੋਂ ਗਏ ਆਪਣੇ, ਮੈਨੂੰ ਸਭ ਤੋਂ ਜ਼ਿਆਦਾ ਇਹ ਟੈਨਸ਼ਨ ਹੁੰਦੀ ਕਿ ਅੰਕੂ ਕੁਛ ਨੀ ਕਰਦਾ ਪਿਆ ਉੱਠ ਕੇ, ਪਰ ਅੱਜ ਦੇ ਟਾਈਮ ਤੇ ਨਾ ਮੇਰਾ ਅੰਕੂ, ਮੰਮੀ ਭਾਈ ਦਿਲ ਦੇ ਹੱਥ ਰੱਖੀ ਗਈ ਹੋ, ਜਦੀ ਕਰਦੇ ਪਏ ਹੋ ਤੁਹਾਡੇ ਨਾਲ, ਜਦ ਮੈਂ ਨੀ ਗੱਲ ਕਰਦਾ ਪਿਆ, ਜਦ ਤੁਹਾਡੇ ਲੋਕ ਆਪਾਂ ਚੋ ਨਹੀਂ ਰਹਿੰਦੇ ਪਏ, ਤੁਸੀਂ ਇਕੱਲੇ ਹੀ ਕਰਦੇ ਪਏ ਹੋ ਕਿ ਹਾਂ ਮੈਂ ਅਰਮਾਨ ਹੈ, ਮੈਂ ਇਕੱਲਾ ਬੈਠਾ ਤੇ ਦੇਖੋ ਮੈਂ ਕਿੱਦਾਂ ਬੈਠਾ, ਸਭ ਕੰਮ ਵਾਲੇ ਗਏ ਆ, ਸਾਰੇ ਇਕਜੁੱਟ ਰਹੋ, ਭਾਈਚਾਰਾ ਬਣਾ ਕੇ ਰੱਖੋ ਯਾਰ। ਮੈਂ ਆਪਾਂ ਰਾਤੀ ਤੁਹਾਡੇ ਨਾਲ ਚਾਰ ਦੇ ਸੋਚ ਰਿਹਾ, ਇਹ ਬਣਾਉਣਾ ਯਾਰ, ਨਹੀਂ ਏਦਾਂ ਕਰਦੇ, ਇਦਾਂ ਕਿ ਨਹੀਂ ਯਾਰ, ਉਹ ਕੀ ਕਰਾਂ, ਕੀ ਕਰਾਂ, ਕੰਟਰੋਵਰਸੀ ਹੋ ਜਾ ਸਾਡੀ।
ਤੁਹਾਡੀ ਕੋਈ ਚੀਜ਼ਾਂ ਨੀ ਹੋਣੀ ਜੋ ਆਪਾਂ ਕਰ ਲੈਣੇ ਆ, ਛੱਡ ਦੋ ਗੱਲਾਂ ਮੰਮੀ, ਬਟਰ ਚਿਕਨ ਖਾ ਕੇ ਖਾਓ ਠੀਕ ਆ, ਸਗੋਂ ਤੁਹਾਡੀ ਜ਼ਿੰਦਗੀ ਸਭ ਤੋਂ ਸਾਨੂੰ ਬੈਠ ਤੇ ਬੈਠੇ ਰਹੋ ਸਾਰੀ ਰਾਤ, ਇਹਨੂੰ ਚੁੱਕ ਕੇ ਬੈਠੇ ਰਹੇ ਉਹ ਬਣਾਉਣਾ ਸੀ ਨਾ, ਬਹਿ ਜਾਂਦੇ ਆ, ਬਹਿ ਜਾਂਦੇ ਕੀ ਹੋ ਗਿਆ, ਉਹਨੂੰ ਵੀ ਪੰਜ ਵਜੇ ਸਾਂਭਿਆ ਯਾਰ, ਸੱਤ ਵਜੇ ਉਹਨੂੰ ਸਾਂਭ ਲਾਂਗੇ, ਕੀ ਹੋ ਗਿਆ ਕੀ ਹੋ ਗਿਆ, ਅੱਛਾ ਦੋਨੇ ਸਾਂਭਦਾ ਇੱਕ ਜਾਣਾ ਸੁੱਤੇ ਚਾਰ ਹੀ ਰਹਿੰਦੀਆਂ, ਸੁੱਤੇ ਚਾਰ ਹੀ ਰਹਿੰਦੇ ਆ, ਮੈਂ ਕਮਰੇ ਚ ਮੈਂ ਦੱਸ ਵੀ ਕਮਰੇ ਚ ਆਉਂਦੇ ਆ ਸਮਝ ਆਤਾ, ਜਾਂ ਫਿਰ ਏਦਾਂ ਅੱਛਾ ਮੈਂ ਨਿਆਣੇ ਨੀ ਸਾਂਭਦਾ, ਤਿੰਨ ਦਿਨ ਮੈਂ ਸਵੇਰ ਉੱਠ ਕੇ ਧੁੱਪ ਲਵਾਉਣ ਦੇ ਸੱਤ ਵਜੇ ਤੇ ਮੈਂ ਨਿਆਣਾ ਨੀ ਸਾਂਭਦਾ, ਦੱਸੋ ਆਪਾਂ ਅੱਜ ਮੈਂ ਇਹੀ ਕਹਿਣਾ ਚਾਹਾਂਗਾ ਯਾਰ ਤੁਸੀਂ ਅੱਗੇ ਵਲੋਗ ਕੰਟੀਨਿਊ ਕਰੋ, ਆਪਾਂ ਸਟਾਰਟਿੰਗ ਕਰੀ ਵਲੋਗ ਦੀ, ਪਰ ਮੁੱਦਭੇੜ ਹੋ ਚੁੱਕੀ ਹੈ ਗਾਈਸ, ਮੁੱਦਭੇੜ ਨੀ ਬਾਈ, ਹਰ ਵਾਰ ਥੋੜੀ ਆਪਾਂ ਗਲਤ ਹੋਵਾਂਗੇ ਯਾਰ, ਮੈਨੂੰ ਫੈਸਲਾ ਚਾਹੀਦਾ, ਮੈਨੂੰ ਵੀ ਵਲੋਗ ਚ ਮਜ਼ਾ ਆਵੇ ਕਿ ਹਾਂ ਠੀਕ ਕਰਦੇ ਪਏ ਹੋ, ਤੁਹਾਡੇ ਵਲੋਗ ਵਾਲੇ ਕਾਹ ਤੋਂ ਬੋਰ ਹੁੰਦੇ, ਬਿਕੋਜ਼ ਯਾਰ ਤੁਹਾਨੂੰ ਬੈਡ ਤੋਂ ਇਲਾਵਾ ਕਿਤੇ ਦੇਖਦੇ ਹੀ ਨਹੀਂ ਹੈ, ਤੁਹਾਨੂੰ ਤੇ ਹੁਣ ਇਹ ਕਹਿੰਦੇ ਕਿ ਨਿਆਣਾ ਯਾਰ ਦੇਖੋ ਐਟ ਦੈਟ ਤੁਸੀਂ ਉੱਠੋ ਬੈਡ ਤੋਂ, ਅਗਰ ਤੁਸੀਂ ਕਹਿੰਦੇ ਹੋ ਨਾ ਕਿ ਮੈਂ ਕੱਲੀ ਨੀ ਸਾਂਭਦੀ, ਇਹ ਵੀ ਸਾਂਭਦੇ, ਫਿਰ ਉਹਨਾਂ ਨੂੰ ਦੋ ਤੇ ਹੰਡਾ ਕੇ ਵਲੋਗ ਬਣਾਓ, ਕਿੰਨਾ ਟਾਈਮ ਲੱਗਣਾ, ਇੱਕ ਮਿੰਟ ਤੁਸੀਂ ਕਹਿੰਦੇ ਨਾ ਅੰਕੂ 10 ਮਿੰਟ ਲੱਗਣੇ ਵਲੋਗ ਨਾਲ ਵੇਲਾਓ, ਤੇ 10 ਮਿੰਟ ਹੰਡਾ ਕੇ ਵਲੋਗ ਬਣਾ ਲਓ, ਗੱਲ ਖਤਮ ਯਾਰ, ਇਹ ਟਿੰਡੋ ਕਿਉਂ ਹੋਦਾ ਬਰੋ, ਮੈਂ ਕੋਈ ਗਲਤ ਗੱਲ ਕਹੀ ਕਿ ਤੁਸੀਂ ਮੈਂ ਪਤਾ ਕਹਿੰਦੀ ਪੂਰੇ ਦਿਨ ਚ ਤੁਸੀਂ 10 ਮਿੰਟ ਰਿਕਾਰਡ ਕਰ ਸਕੇ, 10 ਮਿੰਟ ਕੱਢੋ ਯਾਰ, ਨਾ ਆਓ ਆਓ ਮੈਂ ਨਾ ਆਓ, ਮੈਂ ਤੁਹਾਨੂੰ ਕਹਿੰਦਾ ਮੈਂ ਦਾੜੀ ਵਟਾਉਂਦਾ ਅੱਧੇ ਘੰਟੇ ਮੈਂ ਵਲੋਗ ਬਣਾ ਕੇ ਵੇਲਾ ਕਰਦਾ, ਆਓ ਮੇਰੇ ਨਾਲ ਬਾਹਰ ਆਓ, ਮੈਂ ਕੰਟੈਂਟ ਦਿੰਦਾ, ਆਓ ਆਓ ਕੋਈ ਹੋਏਗਾ ਨੀ ਵਲੋਗ ਬਣਾਉਣਾ, ਆਪਾਂ ਕੀ ਕਰਾਂਗੇ ਬ੍ਰੋ, ਹੋ ਗਿਆ ਹੁਣ, ਹੋ ਗਿਆ ਹੁਣ, ਹੁਣ ਪਤਾ ਕੀ ਹੁਣ ਹੈ ਕਿ ਵੱਡੇ ਹੁਣ ਇੰਨਾ ਚੱਕਣਾ, ਵੱਡੇ ਹੋਣ ਦਾ ਜਿਹੜਾ ਨਜਾਇਜ਼ ਫਾਇਦਾ ਹੋ ਗਿਆ, ਚੱਕੋ ਨਜਾਇਜ਼ ਫਾਇਦਾ ਚੱਕੋ, ਬੋਲੋ ਗਾਲਾਂ ਕੱਢ ਲੋ, ਬੋਲੋ ਹੋ ਗਿਆ ਮੰਮੀ, ਮੈਂ ਬੋਲੋ ਤੁਸੀਂ ਬੋਲੋ, ਚਲੋ ਮੈਂ ਨੀ ਬੋਲਦਾ ਤੁਸੀਂ ਬੋਲੋ, ਐਡਿਟ ਕਰੋ, ਗੁੱਡ ਮਾਰਨਿੰਗ ਗਾਇਸ, ਮੇਰੇ ਕੋ ਨਾ ਕਲਿੱਪ ਕਦੀ ਸੋਚਿਆ ਕਲਿੱਪ, ਇੱਕ ਮਿੰਟ ਦੀ ਗੱਲ ਹੋਰ ਸੋਚਿਆ, ਤੇ ਕਾਕਾ ਬੈਠੇ ਦਾ ਕਾਕਾ ਕਿਤੇ ਸ਼ਰਮਗਾ ਤੇ ਨਹੀਂ ਮਾਰਦਾ, ਤੁਹਾਨੂੰ ਫੜਨਾ ਪੈ ਰਿਹਾ ਕਿੱਦਾਂ ਫੜਾ, ਐਦਾਂ ਤੇ ਨਹੀਂ ਕਰਦਾ ਮੈਂ, ਬੈਠਾ ਪਿਆ ਨਾ, ਤੁਸੀਂ ਨੋਰਮਲੀ ਫੋਨ ਯੂਜ਼ ਕਰਦੇ ਹੋ, ਹਾਂ ਕਲਿੱਪ ਐਡ ਕੀਤੀਆਂ, ਅੰਸ਼ੂ ਮੈਨੂੰ ਦੱਸੋ ਕਿੱਦਾਂ ਵਲੋਗ ਐਡਿਟ ਕਰਦੇ ਆ, ਮੰਮੀ ਐਦਾਂ ਐਦਾਂ ਕਰਦੇ, ਅੱਛਾ ਠੀਕ ਆ, ਐਦਾਂ ਕਰਦੇ, ਹਾਂ ਹਾਂ ਹੋ ਗਿਆ, ਸੇਵ ਲਾ, ਗੱਲ ਖਤਮ, ਜਿਹੜਾ ਤੁਸੀਂ ਉਹਦੇ ਕੋਲ ਬੈ ਕੇ ਫੋਨ ਕਰਿਆ ਉਹ ਚ ਵਲੋਗ ਐਡਿਟ ਕਰ ਲਓ, ਮਾੜੀ ਗੱਲ ਕਹੀ ਮੈਂ, ਸਾਨੂੰ ਸਗੋ ਆਪਾਂ ਕੰਟੈਂਟ ਲੱਭੀ, ਤੁਸੀਂ ਜਾਨੂੰ ਆ ਕੇ ਕੌਣ ਅੰਸ਼ੂ, ਇਹ ਮੈਂ ਸੋਚਿਆ ਤੂੰ ਇਹ ਬਣਾ ਵੀ ਚੈੱਕ ਕਰਕੇ ਆਉਂਦਾ ਕਿ ਨਹੀਂ ਵਿਊ, ਕੰਟੈਂਟ ਵੀ ਆਪੇ ਸੋਚੋ, ਵਲੋਗ ਵੀ ਆਪੇ ਬਣਾਓ, ਐਡਿਟ ਵੀ ਆਪੇ ਕਰੋ, ਉੱਤੋਂ ਇਹਨਾਂ ਦਾ ਵੀ ਐਡਿਟ ਕਰ, ਕਿੰਨਾ ਦਾ ਵੀ ਬਣਾਓ ਯਾਰ, ਕੀ ਕਰੀਏ, ਕੀ ਕਰੀਏ ਭਾਬੀ, ਜਾਂ ਭਾਬੀ ਮੈਂ ਗਲਤ ਹੈਗਾ, ਮੈਨੂੰ ਦੱਸੋ ਮੈਂ ਕਿਹਦੇ ਗਲਤ ਹੈ, ਹੁਣ ਮੇਰਾ ਬੋਲੋ ਦਿਲੋਂ ਬੋਲੋ, ਹੁਣ ਨਾ ਮੇਰਾ ਵਲੋਗ ਬਣਾਈ ਨਾ ਐਡਿਟ ਕਰੀ, ਅੱਛਾ ਖਤਮ, ਚਲੋ ਫਿਰ ਕੀ ਕਰ ਲਈ ਐਡਿਟ, ਚਲੋ ਜੀ ਖਬਰ, ਜਾਓ ਜਾਓ ਜਾਓ, ਨਿਕਲ ਤੂੰ, ਛੱਡ ਦੇ ਬੋਲ, ਯਹੀ ਤਾਂ ਆਪ ਚਾਹਤੇ ਥੇ, ਮੈਂ ਚਾਹਤਾ ਨਹੀਂ, ਮੈਂ ਸੱਚਾਈ, ਸੱਚ ਚੁਭਤਾ ਹੈ ਨਾ, ਸੱਚ ਚੁਭਤਾ ਹੈ, ਪਤਾ ਲੱਗਦਾ ਹੈ, ਦਿਲ ਦਿਲ ਤੇ ਲੱਗ ਚੁਭਤਾ, ਚੁੱਪ ਕੇ ਗੱਡ ਤੇ ਅੰਦਰ ਹੋਇਆ, ਪਿਆਰੀ ਕੋ ਬਣ ਗਿਆ, ਚੁੱਪ ਕੇ ਗੱਡ ਤੇ ਅੰਦਰ ਹੋਇਆ, ਤੂੰ ਵੜ ਕੇ ਅੰਦਰ ਹੋਈ, ਡੋਲਰ ਤਾਂ ਹੀ ਗੱਡ ਹੋਇਆ, ਡੋਲਰ ਖੋਤਾ ਆ ਮੇਰਾ ਨਾ ਅੱਗੇ, ਆਓ ਚਲੀਏ, ਉਹ ਬਦਤਮੀਜ਼ ਨਹੀਂ ਹੈਗਾ ਆਪਣੀ ਮੰਮੀ ਦੀ ਅੱਗੇ ਬੋਲੇ, ਬਦਤਮੀਜ਼ੀ ਤੇ ਮੈਂ ਪੁੱਛੂਗੀ ਤੇ ਮੈਂ ਸੱਚਾਈ ਦੱਸੀ ਹੈ, ਮੈਂ ਕੋਈ ਅਪਸ਼ਬਦ ਯੂਜ਼ ਕੀਤਾ ਜਾਂ ਮੈਂ ਕੋਈ ਗਲਤ ਵਰਡ ਬੋਲੇ, ਉਹ ਫਾਲਤੂ ਉੱਚੇ ਬੋਲੇ ਕੁਝ ਕੀਤਾ, ਮੈਂ ਤਾਂ ਜਲਦੀ ਸੀ ਚੱਲ ਗਿਆ ਬ੍ਰੋ, ਐਲਾ ਬ੍ਰੋ ਐਲਾ ਯਾਰ ਵਟ ਆਰ ਯੂ ਡੂਇੰਗ ਗਾਇਸ, ਤੁਸੀਂ ਵੇਅਰ ਵਲੌਗ ਦੇਖੋ ਅੱਗੇ ਦਾ ਪਾਗਲ ਲੱਗਾ ਉਹ, ਅੰਕੋ ਤੂੰ ਜਿਹੜੇ ਵਲੌਗਸ ਬਣਾਉਣਾ ਮੈਨੂੰ ਤੈਨੂੰ ਕਹਿਣੇ ਪੈਂਦਾ ਇੱਕ ਵਾਰੀ ਵੀ, ਤੁਹਾਨੂੰ ਕਹਿਣਾ ਨਹੀਂ ਪੈਂਦਾ, ਪਰ ਇਹ ਦੇਖੋ ਨਾ ਤੁਸੀਂ ਆਪਣੇ ਵਲੌਗਸ ਨਹੀਂ ਸਾਨੂੰ ਗੱਲ ਤੋਂ ਕਹਿ ਰਹੇ ਹੋ, ਫਿਰ ਤੁਸੀਂ ਕਹਿ ਰਹੇ ਕਿ ਕਹਿਣਾ ਨਹੀਂ ਪੜਦਾ, ਇਨਕੋ ਪੁੱਛੋ, ਓਏ ਅੱਛਾ ਭਾਈ ਰਾਤੀ ਰੋਟੀ ਆਈ, ਆਪਾਂ ਕਿਹਾ ਭਾਈ ਟੇਕ ਲੈ ਲਓ, ਟੇਕ ਲੈ ਲਓ, ਬਾਅਦ ਚ ਪੈਕ ਪੂਕ ਆ ਕੇ ਬੈਠੇ ਭਾਈ, ਦੱਸੂ ਕੀ ਬਣਾਉਣਾ, ਢਾਲ ਲੈਨੇ ਰੋ, ਕੰਟੈਂਟ ਇਹਨਾਂ ਦਾ ਰਾਤ ਵਾਲਾ ਯਾਦ ਹੈ, ਓਏ ਮੇਰਾ ਮੇਰਾ ਭਰਾ ਹੁਣ ਮੈਂ ਮਾਰ ਮਾਰ ਕੇ ਛੇਲ ਦੇਣਾ ਹੀ ਲਿਆ ਭਰਾ ਹੁਣ ਹੁੰਦਾ, ਜਿਹੜਾ ਕੰਟੈਂਟ ਤੁਸੀਂ ਐਡਾ ਗੰਦਾ ਕੰਟੈਂਟ ਹੋ, ਇੰਨਾ ਘਟੀਆ ਸੀ ਉਹ, ਮਤਲਬ ਉਹ
ਜਿਹੜਾ ਦੇਖੂਗਾ ਨਾ ਉਹਨੂੰ ਵੀ ਖਿੱਚ ਲੈਣੀ ਹੈ ਯਾਰ ਭਾਬੀ ਬਹੁਤ ਭੈੜਾ ਜੀ ਕੀ ਇਹ ਚੱਲਦਾ ਪਿਆ ਕੀ ਹੈ ਹੋ ਗਿਆ ਤੇਰਾ ਕਲਪ ਲਿਆ ਅੱਛਾ ਮੈਨੂੰ ਯਾਰ ਮੰਮੀ ਮੇਰੀ ਗੱਲ ਸੁਣੋ ਮੈਂ ਹੈਗਾ ਇਨਸਾਨ ਠੀਕ ਹੈ ਤੈਨੂੰ ਕਿਹਨੇ ਆਖਿਆ ਤੈਨੂੰ ਕਿਹਨੇ ਆਖੀ ਗੱਲ ਹੈ ਹੋ ਤੂੰ ਮੈਨੂੰ ਬੋਲਣਾ ਇਸ ਬੰਦੇ ਦਾ ਵਲੋਗ ਬਣਾਉਣਾ ਜੀ ਭਾਬੀ ਹਲਿਆਂ ਨੂੰ ਕੁਛ ਮਾਇੰਡ ਚ ਨਹੀਂ ਯਾਰ ਤੂੰ ਐ ਦੇਖੋ 12:30 ਵਜ ਗਏ ਰਾਤ ਦੇ ਸਾਨੂੰ ਕੁਛ ਨਹੀਂ ਪਤਾ ਆਪਾਂ ਬਣਾਉਣਾ ਜੀ ਕੀ ਨਹੀਂ ਕਰਨਾ ਅਗਰ ਮੈਂ ਹੁਣ ਮੰਮੀ ਦਾ ਵਲੋਗ ਐਡਿਟ ਕਰਨ ਬੈਠਾਂਗਾ ਨਾ ਮੈਨੂੰ ਪਤਾ ਮੈਨੂੰ ਘੱਟੋ ਘੱਟ ਨਹੀਂ ਜਾਂ 2-2:30 ਵਜ ਜਾਣੇ ਆ 2:30 ਵਜੇ ਤੱਕ ਮੈਂ ਮੰਮੀ ਦਾ ਵਲੋਗ ਐਡਿਟ ਕਰਾਂਗਾ ਮੇਰੀ ਗੱਲ ਸੁਣਿਓ 2:30 ਵਜੇ ਤੱਕ ਮੰਮੀ ਦਾ ਵਲੋਗ ਐਡਿਟ ਕਰਾਂਗਾ ਮੇਰੀ ਗੱਲ ਤਾਂ ਸੁਣੋ ਤੇ ਦੇਖੋ 2:30 ਵਜੇ ਮੰਮੀ ਦਾ ਵਲੋਗ ਐਡਿਟ ਕਰਾਂਗਾ ਉੱਧਰ ਬੈਠੇ ਦੇ ਆ ਕੰਟੈਂਟ ਵਗੈਰਾ ਸੋਚਣਗੇ ਕੰਟੈਂਟ ਅਗਰ ਬਾਬਾ ਮਾਤਾ 4 ਵਜੇ ਤੱਕ ਵੀ ਕੰਟੈਂਟ ਸੋਚ ਲਿਆ ਕਿ ਹਾਂ ਅੰਸ਼ੂ ਇਹ ਬਣਾਉਣਾ ਇਦਾਂ ਕਰਨਾ ਸਭ ਕੁ ਵਕੀਲ ਅੱਛਾ ਸੁਣਿਓ 4 ਵਜੇ ਸੋਚ ਲਿਆ ਉਹ ਤੋਂ ਬਣਾਉਂਦੇ 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 ਕੋਈ ਗਲਤੀਆਂ ਹੋਣੀਆਂ 6 ਵਜਣੇ ਆ ਜਿਹੜੇ ਬੰਦੇ 6 ਵਜੇ ਸੌਣਗੇ ਉਹ 11 ਵਜੇ ਦੱਸ ਕਿੱਦਾਂ ਉੱਠ ਜਾਣ ਕਿੱਦਾਂ ਉੱਠ ਜਾਣ ਤੁਸੀਂ ਮੈਨੂੰ ਜਵਾਬ ਦੇ ਦਿਓ ਤੁਸੀਂ ਰਾਤੀ 5 ਵਜੇ ਉੱਠ ਕੇ ਦੁੱਧ ਪਿਲਾਣ ਦਿਓ ਤੁਸੀਂ ਬਸ ਤੁਸੀਂ 1 ਵਜੇ ਤੱਕ ਨਹੀਂ ਉੱਠਦੇ ਯਾਰ ਨਹੀਂ ਤਾਂ ਹਮ ਬੋਲ ਰਹੇ ਹਮ ਵੀ ਇਤਨੇ ਵਜੇ ਸੋਤੇ ਜੋ 12 ਆਪ ਬੋਲ ਰਹੇ ਨਾ 12 ਵਜੇ ਸੋ ਰਹੇ ਆ ਹਮ ਵੀ ਪਰ ਤੁਸੀਂ ਉਹ ਸੋਚੋ ਤੁਸੀਂ ਬੈੱਡ ਤੇ ਬੈਠੇ ਬੈਠੇ ਥੱਕੇ ਪਏ ਹੋ ਆਪਾਂ ਐਕਟੀਵਿਟੀਜ਼ ਕਰਕੇ ਥੱਕੇ ਆ ਬ్రో ਬੂ ਵਰਕਾ ਇੱਕ ਐਟ 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 ਉਸ ਤੋਂ ਬਾਅਦ ਮੈਂ ਲੱਡੂ ਨਾਲ ਹੁੰਨੀ ਆ ਜਾਂ ਇਹ ਤੇ ਜਾਂ ਯਾਦ ਹੈ ਸੋਨਾ ਬੀਬੀ ਮੇਰੇ ਸਾਥ ਹੀ ਸੋਤਾ ਤੁਹਾਨੂੰ ਫਿਰ ਅੱਛਾ ਫਿਰ ਤੁਸੀਂ ਸਾਨੂੰ ਆ ਕੇ ਕਿੱਦਾਂ ਕਹਿਣ ਦਿਓ ਕਿ ਤੁਸੀਂ ਰਹਿੰਦੇ ਹੋ ਜੇ ਤੁਸੀਂ ਆਪਣੀ ਐਕਟੀਵਿਟੀ ਕਰ ਰਹੇ ਹੋ ਆਪਾਂ ਨਹੀਂ ਕਰ ਰਹੇ ਆਪਾਂ ਸਾਡਾ ਕੰਮ ਤੇ ਪ੍ਰੋਪਰ ਚੱਲ ਰਿਹਾ ਨਾ ਜਾਂ ਵਲੋਗ ਨਹੀਂ ਆ ਰਹੇ ਕੁਛ ਨਹੀਂ ਹੋ ਰਿਹਾ ਫਿਰ ਵੀ ਸਾਨੂੰ ਬੋਲੋ ਵੀ ਤੁਸੀਂ ਸਾਰੇ ਵਲੋਗ ਨਹੀਂ ਬਣਾਇਆ ਕਿ 12 ਵਜੇ 1 ਵਜੇ ਪਾਇਆ ਨਾ ਕੁਛ ਨਹੀਂ ਪਾਇਆ ਮੇਰਾ ਵਲੋਗ ਪਹਿਲੇ ਐਡਿਟ ਕੌਣ ਕਰਦਾ ਸੀ ਕੌਣ ਐਡਿਟ ਕਰਦਾ ਸੀ ਭਈਆ ਕਰਦੇ ਮੈਂ ਤਾਂ ਤੁਹਾਡਾ ਪਹਿਲੇ ਵੀ ਨਹੀਂ ਕਰਦਾ ਵਿਸ਼ੂ ਤੇ ਹੁਣ ਆਇਆ ਨਾ ਚੋ ਪਹਿਲਾਂ ਵੀ ਭਈਆ ਕਰਦੇ ਵੀ ਮੈਂ ਕਿਦੋਂ ਕਰਦਾ ਤਾਂ ਮੰਮੀ ਨੂੰ ਮੈਂ ਐਡਿਟ ਕਰਦਾ ਸੀ ਤਾਂ ਫਿਰ ਤੈਨੂੰ ਸ਼ਰਮ ਚਾਹੀਦੀ ਹੈ ਕਿਉਂ ਕੀ ਆਪਣੇ ਵੀ ਕਰੇ ਤੇ ਮੇਰਾ ਵੀ ਕਰੇ ਤੂੰ ਵੇਲਾ ਕੀ ਕਰਨਾ ਫਿਰ ਬੋਲ ਮੰਮੀ ਤੁਹਾਡਾ ਵਲੌਗ ਏਡਾ ਵੱਡਾ ਮੈਨੂੰ ਦੇਖ ਕੇ ਨਹੀਂ ਆਉਂਦੀ ਹੈ ਬਹੁਤ ਵੱਡਾ ਵਲੌਗ ਹੁੰਦਾ ਤੁਹਾਡਾ ਵੀ ਤਾਂ ਕਰ ਰਹੇ ਆ ਆਪ ਵੀ ਥੋੜਾ ਹੈਲਪ ਭਾਈ ਦੀਦੀ ਉਹਨਾਂ ਨੂੰ ਆਦਤ ਹੋ ਗਈ ਪਿਛਲੇ 400 ਵਲੌਗ ਉਹਨਾਂ ਨੇ ਐਡਿਟ ਕੀਤਾ ਲਗਾਤਾਰ 400 ਇਹ ਬਾਤ ਹੈ ਤੇ ਪਿੱਛੇ ਸੋਚੋ ਕਿ 400 ਵਲੌਗ ਉਹਨਾਂ ਨੇ ਐਡਿਟ ਕੀਤਾ ਤੇ 400 ਵਲੌਗ ਮੈਂ ਨਹੀਂ ਐਡਿਟ ਕੀਤਾ ਠੀਕ ਹੈ ਉਹਨਾਂ ਦੀ ਜਿਹੜੀ ਸਪੀਡ ਹੈ ਨਾ ਘੰਟੇ 3 ਵਲੌਗ ਐਡਿਟ ਕਰਕੇ ਪਰੇ ਮਾਰਦੇ ਤੇ ਮੇਰੇ ਘੰਟੇ 'ਚ ਇੱਕ ਨਹੀਂ ਹੁੰਦਾ ਗੱਲ ਨੂੰ ਸਮਝੋ ਯਾਰ ਮੈਂ ਗਲਪ ਕੀ ਦੇ ਮੈਂ ਨਹੀਂ ਦੱਸ ਸਕਦਾ ਮੈਂ ਬਹੁਤ ਪਰੇਸ਼ਾਨ ਹਾਂ ਪਰਿਵਾਰ ਤੋਂ ਚੱਲ ਨਿਕਲ ਤੀਰੋ ਯਾ ਜਾ ਫਿਰ ਜਾ ਐਦਾਂ ਕਰੋ ਕੀ ਕਹਿੰਦੇ ਮੈਂ ਆਪਾਂ ਸ਼ੂਟ ਵੀ ਨਹੀਂ ਕਰਨਾ ਆਪਾਂ ਐਡਿਟ ਵੀ ਨਹੀਂ ਕਰਨਾ ਪਰ ਸਾਨੂੰ ਵਿਊ ਵੀ ਪੂਰਾ ਚਾਹੀਦਾ ਬੱਬੂ ਸਰ ਦੁੱਖ ਰਿਹਾ ਹੈ ਬਸ ਕਰੋ ਮੈਨੂੰ ਤੁਸੀਂ ਜਵਾਬ ਦੇ ਦਿਓ ਨਾ ਸ਼ੂਟ ਕਰਨਾ ਨਾ ਆਈ ਡੋਨਟ ਨੋ ਬਈ ਨਾ ਸ਼ੂਟ ਨਾ ਆਪ ਖੁਦ ਬਣਾਣਾ ਨਾ ਐਡਿਟ ਕਰਨਾ ਪਰ ਵਿਊ ਇਹਨੂੰ ਪੂਰਾ ਚਾਹੀਏ ਨਾ ਰੋਟੀ ਬਣਾਣੀ ਨਾ ਨਮਕ ਪਾਣਾ ਪਰ ਰੋਟੀ ਸਵਾਦ ਹੋ ਗਿਆ ਓਏ ਰੋਟੀ ਸਵਾਦ ਚਾਹੀਦੀ ਹੈ ਉਹ ਵੱਡੇ ਮੂੰਹ ਵੱਡੇ ਮੂੰਹ ਅੱਛਾ ਸੁਣ ਰਹੇ ਹੋ ਬਸ ਕਰ ਬਸ ਕਰ ਹੱਦਾ ਭਾਬੀ ਯਾਰ ਆਪਣੀ ਜਿਹੜੀ ਸੱਚਾਈ ਹੈਗੀ ਆ ਉੱਤੇ ਰੋਕ ਜਾਂਦੇ ਆ ਚੱਲ ਕੀ ਹੁੰਦਾ ਨਹੀਂ ਉੱਤੇ ਪਤਾ ਬਸ ਕਰ ਲੱਗ ਗਿਆ ਨਾ ਮੇਰੇ ਬਸ ਕਰ ਬਸ ਕਰ ਬਸ ਕਰ ਇਰੀਟੇਟ ਹੋ ਗਈ ਮੈਂ ਬਸ ਕਰ ਅੱਬਾ ਵੀ ਇਰੀਟੇਟ ਹੋਏ ਨੇ ਮੰਮੀ ਅੱਛਾ ਇਹ ਵਲੋ ਤੂੰ ਐਡਿਟ ਕਰਨਾ ਇਹ ਵਲੋ ਤੂੰ ਐਡਿਟ ਕਰਨਾ ਨਹੀਂ ਕਰਨਾ ਮੈਡਮ ਜਿਹੜੀ 10 ਮਿੰਟ ਦੀ ਭੋਰ ਉੱਥੇ ਉਹ ਵਲੋ ਲੱਭਾ ਨਹੀਂ ਹੋਇਆ ਕੋਈ ਪਛਾਣ ਹੋ ਵਾਹਿਗੁਰੂ ਵਾਹਿਗੁਰੂ ਇੰਨਾ ਸਾਲ ਨਾ ਨਹੀਂ ਜਿੱਦਾਂ ਤੁਹਾਨੂੰ ਪਤਾ ਇਹ ਬਹੁਤ ਆਸਾਨ ਹੈ ਸਿਰਫ 10 ਦਿਨ ਤੋਂ ਪਿਛਲੇ ਸਿਰਫ 10 ਦਿਨ ਤੋਂ ਨੀ ਪੁੱਛਿਆ ਪਰ 10 ਦਿਨ ਚ ਦੇਖੋ 1 ਮਿੰਟ ਮਾਤਾ ਜੀ ਤੁਹਾਨੂੰ ਇੱਕ ਚੀਜ਼ ਦੱਸਦਾ ਮਲਟੀਪਲਾਈ ਬਾਈ 10 30 ਵਲੋਗ ਆਪਾਂ ਤੁਹਾਡੇ ਬਿਨਾਂ ਪੁੱਛੇ ਬਣਾਏ ਜਾਂ 30 ਤੁਹਾਡੇ ਤੋਂ ਬਿਨਾਂ ਪੁੱਛੇ ਬਣਾ ਸਕਦੇ ਅਗਲੇ 100 ਵੀ ਤੁਹਾਡੇ ਤੋਂ ਬਿਨਾਂ ਪੁੱਛੇ ਬਣਾ ਸਕਦੇ ਆ ਬੈਸਟ ਆਫ ਲੱਕ ਬਣਾਓ ਫਿਰ ਠੀਕ ਹੈ ਫਿਰ ਹੋ ਠੀਕ ਹੈ ਫਿਰ ਮੈਨਾਂ ਨੂੰ ਬਹਾਨਾ ਮਿਲ ਗਿਆ ਕਿ ਮੈਂ ਹੁਣ ਰਾਵਣਾ ਬਹਿ ਜਾਂਗੀ
ਮੰਮੀ ਮੇਰਾ ਕਹਿਣ ਦਾ ਭਾਵ ਇਹ ਹੈ ਕਿ ਅਗਰ ਤੁਸੀਂ ਕਹਿੰਦੇ ਹੋ ਕਿ ਚਾਰੋ ਸਾਂਭਦੀ ਹੈ ਨਾ ਕੁੜੀ ਨੂੰ, ਫਿਰ ਚਾਰਾਂ ਵਿੱਚੋਂ ਨਾ ਕੁੜੀ ਤਿੰਨ ਜਾਣਿਆਂ ਦੇ ਕੇ ਨਾ ਘੰਟੇ ਲਈ ਸਾਡੇ ਨਾਲ ਆਓ ਤੇ ਵਲੌਗ ਬਣਾਓ। ਲੱਡੂ ਪੂਰਾ ਦਿਨ ਸਾਡੇ ਕੋਲ ਰਹਿੰਦਾ, ਮਨੀਮਾ ਘਰ ਨੀ ਜਾਂਦਾ, ਮੇਨ ਤਾਂ ਰਾਤ ਕੋ ਹੁੰਦਾ ਨਾ ਭਾਬੀ। ਅੱਛਾ ਠੀਕ ਹੈ, ਏਦਾਂ ਕਰਦੇ ਆ ਭਾਜੀ, ਭਾਜੀ ਮੇਰੀ ਗੱਲ ਸੁਣੋ, ਕੱਲ ਨੂੰ ਛੱਡ ਕੇ ਨਾ ਭਾਈ ਗੱਲ ਸੁਣ, ਨਾਨੀ ਮੰਮੀ ਛੱਡ ਕੇ ਨਾਨੀ ਮੰਮੀ ਨੂੰ ਕਹੋ ਕਮੈਂਟ ਵਿੱਚ ਵਲੌਗ ਬਣਾ। ਚੱਲ ਠੀਕ ਹੈ, ਡਨ ਡਨ ਡਨ, ਹੋਰ ਭੌਂਕ ਹੋਰ ਭੌਂਕ ਵੱਡੇ ਮੂੰਹ, ਡਨ ਦੇ ਦੇ ਕੱਲ ਦੇ ਦੇ। ਹੋ ਗਿਆ ਤਾਂ ਨਾ ਜਾ ਕੇ ਪੂਥੀ ਸਾਂਭ ਆਪਣੀ। ਕੰਮ ਦੀ ਗੱਲ ਹੈਗੀ ਮੰਮੀ, ਕੰਮ ਦੀ ਗੱਲ ਨੀ ਹੈਗੀ। ਦਾਣੀ ਚ ਬੰਦਾ ਜਾਣਾ, ਦਾਣੀ ਚ ਬੰਦਾ ਚ ਸਾਡੇ ਕੋਲ ਦੇਖ ਗਿਆ ਨਾ, ਬੜੀਆਂ ਦੀਸਾਂ ਗਾਂਦੀਆਂ, ਪਰ ਹੁਣ ਤੱਕ ਕੋਈ ਬਰਾਬਰੀ ਨੀ ਕਰ ਪਾਇਆ। ਜਾਂ ਮੈਨੂੰ ਮਾਣ ਹੈ ਕਿ ਆਪਾਂ ਜ਼ੋਰ ਲਾਇਆ ਆਪਣੇ ਵਲੌਗਾਂ 'ਚ, ਆਪਾਂ ਏਦਾਂ ਹੀ ਬਹਿ ਕੇ ਵਲੌਗ ਨੀ ਬਣਾਏ, ਆਪਾਂ ਮਿਹਨਤ ਕੀਤੀ ਹੈ। ਪਰ ਤੁਹਾਨੂੰ ਇਹ ਮਿਹਨਤ ਕਿਉਂ ਨੀ ਲੱਗਦੀ ਪਈ? ਇੱਥੇ ਬਹੁਤਿਆਂ ਨੂੰ ਕਾਪੀ ਕਰ ਲਈ ਹੈ, ਬਹੁਤ ਜਾਣਿਆਂ ਨੇ। ਇਹ ਜੇ ਵਲੌਗਿੰਗ ਈਜ਼ੀ ਹੁੰਦੀ ਨਾ, ਜੇ ਵਲੌਗਿੰਗ ਈਜ਼ੀ ਹੁੰਦੀ ਤੇ ਅੱਜ ਸਾਡੇ ਘਰ 'ਚ ਨਾ 1, 2, 3, 4, 5, 6, 7, 8, 9 ਚੈਨਲ ਹੁੰਦੇ ਸਾਡੇ ਘਰ 'ਚ। ਜੇ ਵਲੌਗਿੰਗ ਈਜ਼ੀ, ਆਪਾਂ ਆਪਣੇ ਆਈਡੀ ਦਾ ਵੀ ਚੈਨਲ ਬਣਾਉਣਾ ਸੀ, ਉਹਨੇ ਕਹਿਣਾ ਸੀ ਮੇਰੇ ਅੰਕੂ ਵੱਲੋਂ ਕੋਈ ਫਾਲਤੂ ਗੱਲ ਨਾ ਕਰੋ, ਗੁਗਲੀ ਆਪਣੇ ਪੁਰਾਣੇ ਰੂਮ ਚ ਆ ਕੇ ਤੁਸੀਂ ਮਜਬੂਰ ਕਰਤਾ, ਹੁਣ ਦੇਖਿਓ ਫਟਾਫਟ 1 ਲੱਖ ਹੋ ਜਾਣਾ। 1 ਲੱਖ ਤੋਂ ਬਾਅਦ ਮੈਨੂੰ ਕੋਈ ਨੀ ਬੋਲੂਗਾ ਕਿ ਅੰਸ਼ੂ ਇਹ ਕਰ ਜਾਂ ਉਹ ਕਰ, ਕਿਉਂ ਆਪਣਾ ਆਪਣਾ ਦੇਖੋ ਫਿਰ ਕੀ ਗੱਲ। ਸੋ ਤੁਹਾਨੂੰ ਪੁਰਾਣਾ ਰੂਪ ਅੰਸ਼ੂ ਦਾ ਦੇਖਣ ਨੂੰ ਮਿਲੇਗਾ, ਜਾਂ ਤੇ ਉਹ ਕਾਲਾ ਬਾਬਾ ਬਣੇਗਾ, ਜਾਂ ਤੇ ਉਹ ਗੋਰਾ ਬਾਬਾ ਬਣੇਗਾ, ਜਾਂ ਉਹ ਗ੍ਰੇ ਬਾਬਾ ਬਣੇਗਾ। ਵਾਸ ਨਾ ਕਰ ਮੰਮੀ, ਨਾ ਕਰਿਆ ਐਂਡ ਕਰ ਐਂਡ ਕਰ ਐਂਡ ਕਰ। ਤੁਹਾਨੂੰ ਵਲੌਗ ਦੇਖਣ ਚ ਇੰਨਾ ਦਾ ਮਜ਼ਾ ਆਇਆ ਤਾਂ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਿਓ, ਚੈਨਲ ਨੂੰ ਸਬਸਕ੍ਰਾਈਬ ਨਾ ਕਰਿਓ ਤੇ ਥੱਪੜ ਕਰ ਦਿਓ ਮਾਰੀਏ, ਠਾਕੁਰ ਆਰਮੀ ਪੂਰਾ ਆਰਮੀ ਸਬਸਕ੍ਰਾਈਬਰ, ਤੁਹਾਨੂੰ ਪਤਾ ਤੁਹਾਨੂੰ ਦੇਖ ਕੇ ਉਦੋਂ ਵੀ ਸਬਸਕ੍ਰਾਈਬ ਕਰਨਾ ਹੀ ਕਰਨਾ। ਬਾਏ ਬਾਏ, ਟੇਕ ਕੇਅਰ, ਲਵ ਯੂ, ਕੱਲ ਤੁਹਾਨੂੰ ਬਹੁਤ ਨਵੀਂ ਨਵੀਂ ਚੀਜ਼ਾਂ ਦੇਖਣ ਨੂੰ ਮਿਲੇਗਾ। ਬਾਏ, ਮਿਲਦੇ ਨੈਕਸਟ ਵਲੌਗ 'ਚ।